ਸਾਬਾ ਭਾਅ ਜੀ ਨਮਸਕਾਰ, ਕੀ ਹਾਲ ਚਾਲ ਨੇ? ਅਤੇ ਗੁਗਨ ਬਖਸ਼ੀ ਮੈਡਮ ਜੀ, ਜਿਨ੍ਹਾਂ ਨੇ ਇਹਨਾਂ ਨੇ ਮੇਨ ਰੋਲ ਕੀਤਾ ਆ। ਹੋਰ ਯੂਟਿਊਬ ਫੈਮਿਲੀ ਕਿੱਦਾਂ? ਪਹਿਲਾਂ ਗਾਣੇ ਤੋਂ ਬੋਰ ਸੁਣੋ, ਕਹਿਣਾ ਬੋਰ ਬੋ ਕਰਦਾ ਬੰਦਾ ਯਾਰ, ਕੀ ਰਿਐਕਸ਼ਨ ਵੀਡੀਓ ਦਿੰਦਾ ਸੁਣੋ। ਮੈਂ ਤਾਂ ਉੱਥੇ ਸੋਚੀ ਬੈਠਾ ਜ਼ਿੰਦਗੀ ਦਾ। ਇਸ ਗਾਣੇ 'ਚ ਭਾਅ ਜੀ ਕੀ ਕਹਿ ਰਹੇ ਨੇ? ਭਾਅ ਜੀ ਕਹਿ ਰਹੇ ਨੇ ਕਿ ਮੈਂ ਤਾਂ ਤੇਰੇ ਨਾਲ ਜ਼ਿੰਦਗੀ ਬਿਤਾਉਣੀ ਆ, ਮੈਂ ਤਾਂ ਸੋਚੀ ਬੈਠਾ ਹਾਂ, ਮੇਰੀ ਵਰਗਾ ਤੈਨੂੰ ਕੋਈ ਪਿਆਰ ਕਰ ਨਹੀਂ ਸਕਦਾ ਜਿੰਨਾ ਮੈਂ ਤੈਨੂੰ ਪਿਆਰ ਕਰਨਾ ਆ। ਅਤੇ ਇਸ ਗਾਣੇ 'ਚ ਭਾਈ ਨੇ ਸਾਫ ਸਾਫ ਇੱਕੋ ਗੱਲ ਕਹੀ ਆ, ਹਿਮਾਚਲ ਦੀ ਸ਼ੂਟਿੰਗ ਆ, ਗਗਨ ਬਖਸ਼ੀ ਜਿਹੜੀ ਮੈਡਮ ਜੀ ਨਾਲ ਨੇ ਅਤੇ ਆਪਣੇ ਸਾਬਾ ਭਾਅ ਜੀ ਨੇ ਗਾਣੇ ਨੂੰ ਜਿਹੜਾ ਲਿਖਿਆ ਹੋਇਆ ਆ, ਲਿਖਿਆ ਹੋਇਆ ਆਪਣੇ ਸ਼ੇਰਗਿੱਲ ਭਾਅ ਜੀ ਨੇ। ਅਤੇ ਇਸ ਗਾਣੇ 'ਚ ਇੱਕ ਇਹਨਾਂ ਨੇ ਆ ਵੀ ਗਈ ਹੋਈ ਗੱਲ ਸੁਣੋ ਪਹਿਲਾਂ। ਤਾਂ ਜੀ ਦੋਸਤੋ, ਇਸ ਗਾਣੇ 'ਚ ਭਾਈ ਨੇ ਕਿਹਾ ਹੋਇਆ ਕਿ ਮੇਰੇ ਵਰਗਾ ਪਿਆਰ ਕਰਨ ਵਾਲਾ ਤੁਹਾਨੂੰ ਮੁੰਡਾ ਨਹੀਂ ਮਿਲਣਾ, ਚਾਹੇ ਸਾਰਾ ਜਾਣ ਕੋ ਮਿਲਾ। ਸਾਬਾ ਭਾਅ ਜੀ ਨਮਸਕਾਰ ਮਹਾਰਾਜ, ਤੁਹਾਡੇ ਪਹਿਲੇ ਗਾਣੇ 'ਤੇ ਰਿਵਿਊ ਪਾਇਆ ਉਹ ਵੀ ਬਹੁਤ ਵਧੀਆ ਸੀਗਾ। ਇਸ ਗਾਣੇ ਦਾ ਵੀ ਰਿਐਕਸ਼ਨ ਦਿੱਤਾ, ਲੋਕਾਂ ਨੂੰ ਮੈਂ ਦੱਸਦਾ ਪਿਆ ਕਿ ਇਸ ਗਾਣੇ ਦਾ ਇਹੀ ਮਤਲਬ ਆ ਕਿ ਮੈਂ ਤੈਨੂੰ ਜਿੰਨਾ ਪਿਆਰ ਕਰਨਾ ਚਾਹੁੰਦਾ ਹਾਂ ਜਾਂ ਕਰੂੰਗਾ ਆਉਣ ਵਾਲੇ ਫਿਊਚਰ ਟਾਈਮ 'ਚ, ਉਨਾ ਤੈਨੂੰ ਕਿਸੇ ਕੋਲ ਪਿਆਰ ਨਹੀਂ ਮਿਲਣਾ। ਬਾਕੀ ਸਾਰੇ ਮੁੰਡੇ ਮਤਲਬ ਹੀ ਆ, ਧੋਖੇ ਵਾ ਜਾਂ ਤੇਰੇ ਲਈ, ਬਾਕੀਆਂ ਨੂੰ ਮੈਂ ਇਹ ਨਹੀਂ ਕਹਿੰਦਾ ਕਿਸੇ ਹੋਰ ਕੁੜੀ ਲਈ, ਤੇਰੇ ਲਈ ਤਾਂ ਤੈਨੂੰ ਮੈਂ ਪਿਆਰ ਕਰਦਾ। ਗੁਗਨ ਬਖਸ਼ੀ ਭਾਬੀ ਜੀ, ਭਾਈ ਦਾ ਕਹਿਣਾ ਮੰਨੋ ਤਾਂ ਵਿਆਹ ਕਰਾ ਲਓ, ਮੁੜ ਕੇ 50 ਜਿੰਨੇ ਵੀ ਗਾਣੇ ਕੱਢਣੇ ਆ ਇਕੱਠੇ ਕੱਢੋ, ਤਾਂ ਇਸ ਗਾਣੇ ਇਹੀ ਬਣਾਉਣ ਦਾ ਮਤਲਬ ਆ। ਬਾਕੀ ਜਾਂਦੇ ਜਾਂਦੇ ਭਰਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਔਨ ਕਰ ਦਿਓ। ਆਉਣ ਵਾਲੇ ਸਮੇਂ ਤੁਹਾਨੂੰ ਵਧੀਆ ਵਧੀਆ ਵੀਡੀਓ ਹੋਰ ਮਿਲਣਗੀਆਂ। ਧੰਨਵਾਦ।